ਗੱਲ ਤੋਂ ਵੀ ਪਤਾ ਲੱਗਦਾ ਕਿ ਵਾਕਈ ਇਹ ਗੱਲ ਜਿਹੜੀ ਹੈਗੀ ਆ ਵੀ ਉਹ ਗੁਰੂ ਵਾਲੀ ਗੱਲ ਤੇ ਬਾਅਦ ਦੀ ਗੱਲ ਆ, ਕਿਉਂਕਿ ਰੇਡੀਓ ਵਿਰਸਾ ਤੋਂ ਗੱਲ ਹੋ ਰਹੀ ਆ ਬਾਰ ਬਾਰ ਵੀ ਗਾਂ ਦੀ ਗੱਲ ਕਰਨੀ ਚਾਹੀਦੀ ਇਹਨਾਂ ਪ੍ਰਚਾਰਕਾਂ ਨੂੰ, ਪ੍ਰਚਾਰਕਾਂ ਨੂੰ ਆਪਾਂ ਹੋਣਾ ਚਾਹੀਦਾ ਹੁਣ। ਇਹ ਪੰਥਪ੍ਰੀਤ ਸਿੰਘ ਨੇ ਗਾਂ ਦੀ ਗੱਲ ਕੀਤੀ ਆ ਤੇ ਉਹਦੇ ਵਿਚ ਏਦਾਂ ਨਾ ਜਿਦਾਂ ਕਹਿ ਰਿਹਾ ਵੀ ਜਿਹੜਾ ਬੰਦਾ ਗਾਂ ਦੀ ਗੱਲ ਕੇ ਪਤਾ ਲੱਗ ਰਿਹਾ ਵੀ ਭਾਜੀ ਵੱਲ ਇਸ਼ਾਰਾ ਕਰ ਰਿਹਾ ਉਹ ਬੰਦਾ, ਕਿਉਂਕਿ ਨਾਂ ਲੈ ਕੇ ਤਾਂ ਪੰਥਪ੍ਰੀਤ ਸਿੰਘ ਅੱਜ ਤੱਕ ਬੋਲੇ ਨੀ, ਰਮਜਾਂ ਹੀ ਦੇਣੀਆਂ ਗਾ, ਨਾਂ ਲੈਣ ਤਾਂ ਗੱਲ ਨਿੱਜੀ ਤੇ ਲਾ ਕੇ ਖੜ ਜਾਣੀ ਹੈ ਉਦਾਂ ਭਾਵੇਂ ਜਿਹੜੀਆਂ ਮਰਜ਼ੀ ਰਮਜਾਂ। ਹੁਣ ਰਮਜਾਂ ਵੀ ਸੁਣ ਲਈਏ ਤੇ ਆਪਾਂ ਉਹਦੇ ਉੱਤੇ ਮੁੜ ਕੇ ਬਾਅਦ ਚ ਵਿਚਾਰ ਕਰਦੇ, ਬਾਹਲੀ ਵੱਡੀ ਨੀ ਹੈਗੀ, 3-4 ਮਿੰਟ ਦੀ ਵੀਡੀਓ, ਆਪਾਂ ਪਹਿਲਾਂ ਇਹਨੂੰ ਸੁਣ ਲਈਏ। ਹਾਂਜੀ, ਵਾਰ ਵਾਰ ਦੇ ਨਾਲ ਅਸੀਂ ਡੂੰਘਾਈ ਵਿੱਚ ਜਾਂਦੇ ਹਾਂ, ਜਿਵੇਂ ਸਮੁੰਦਰ ਤੇ ਡੂੰਘਾਈ ਚ ਕੋਈ ਇੱਕ ਥਾਂ ਤੇ ਉੱਤਰਦਾ ਜਾਵੇ ਤਾਂ ਸਮੁੰਦਰ ਦੀਆਂ ਗਹਿਰੀਆਂ ਤਹਿਾਂ ਦੇ ਵਿੱਚੋਂ ਬਹੁਤ ਕੁਝ ਲੱਭ ਲਈਦਾ। ਜੇ ਉੱਪਰ ਉੱਪਰ ਹੀ ਕੋਈ ਤੁਰਦਾ ਫਿਰੇ, ਉੱਪਰ ਉੱਪਰ ਤੈਰਦਾ ਫਿਰੇ ਕਹਿ ਲਓ, ਪੈਂਡਾ ਤਾਂ ਕਾਫੀ ਤੈਅ ਹੋ ਜਾਂਦਾ, ਦੇਖਣ ਵਾਲਿਆਂ ਨੂੰ ਵੀ ਲੱਗਦਾ ਵੀ ਬੜੀ ਤਰੱਕੀ ਕਰ ਗਿਆ ਹੈ, ਇੱਥੇ ਫਿਰਦਾ ਸੀ ਹੁਣ ਉਹ ਫਿਰਦਾ। ਉਦਾਹਰਨ ਫਿਰਦਾ ਫਿਰਦਾ ਭਾਵੇਂ ਜਿੱਥੇ ਮਰਜ਼ੀ ਆ, ਪਰ ਲੱਭਣਾ ਕੁਛ ਨੀ। ਸਤਨਾਮ ਸ੍ਰੀ ਵਾ। ਕੀ ਇਹ ਗੱਲ ਮੰਨਣ ਯੋਗ ਹੈਗੀ ਆ, ਕੋਈ ਸੈਂਸ ਬਣਦੀ ਇਸ ਗੱਲ ਦੀ? ਜਿਹੜਾ ਉਹ ਕਹਿੰਦਾ ਗਹਿਰਾਈ ਚ ਜਾ ਕੇ, ਜੇ ਗਹਿਰਾਈ ਚ ਇੱਕ ਥਾਂ ਬਹਿ ਜਾਵੇ ਜਾ ਕੇ ਬਸ, ਏਦਾਂ ਫਿਰ ਪੱਟੀ ਚ ਲੇਟੋ ਬਸ, ਬੀਚ ਦੇ ਕੰਢੇ ਤੇ ਖੜ ਕੇ ਵੀ ਇੱਕ ਥਾਂ ਤੇ ਜਾਣਾ, ਗਾਹਾਂ ਨੀ ਜਾਣਾ ਕਰਕੇ ਏਦਾਂ। ਹੁਣ ਜਿਹੜੇ ਬੰਦੇ ਫਿਸ਼ਿੰਗ ਕਰਨ ਜਾਂਦੇ ਆ, ਕਿੰਨਾ ਕਿੰਨੀ ਕੁ ਗਹਿਰਾਈ ਚ ਜਾਂਦੇ ਆ ਉਹ ਥੱਲੇ ਜਾ ਕੇ, ਉਹ ਨੀ ਕੁਛ ਲੱਭ ਕੇ ਲੈ ਆਉਂਦੇ ਉਹ? ਜਿਹੜੇ ਉਦਾਂ ਵੀ ਤੁਸੀਂ ਆਪਣੇ ਜਿਹੜੇ ਐਨੀਮਲ ਪਲੈਨਟ ਤੇ ਡਿਸਕਵਰੀ ਤੇ ਆਉਂਦੇ ਆ, ਕਿੰਨੀ ਕੁ ਗਹਿਰਾਈ ਤੱਕ ਜਾਂਦੇ ਆ? ਕੈਮਰੇ ਭੇਜ ਦਿੰਦੇ ਆ ਉੱਥੇ ਤਾਂ ਥੱਲੇ ਉਹ ਆਪ ਕਿੰਨੀ ਆਪ ਉੱਤੇ ਉੱਤੇ ਤਰਦੇ ਫਿਰਦੇ ਆ ਉਹ। ਨਾਲੇ ਜਿਹੜੀ ਅਸਲ ਦੇ ਵਿੱਚ ਇਹ ਗੱਲ ਜਿਹੜੀ ਕਹਿਣੀ ਚਾਹ ਰਿਹਾ ਆ, ਉਹਨਾਂ ਐਗਜਾਮਪਲਾਂ ਪਹਿਲਾਂ, ਇਹਨਾਂ ਐਗਜਾਮਪਲਾਂ ਤੇ ਅਸੀਂ ਬੜਾ ਜ਼ੋਰ ਨਾ ਵੀ ਲਾਈਏ, ਪਰ ਅਸਲ ਇਹਨਾਂ ਐਗਜਾਮਪਲਾਂ ਨੂੰ ਦੇ ਕੇ ਗੱਲ ਕਿਹੜੀ ਜਸਟੀਫਾਈ ਕਰ ਰਿਹਾ ਆ ਆਪਾਂ ਉਹਦੇ ਉੱਤੇ ਵਿਚਾਰ ਕਰਨ ਦੀ ਬਾਤ ਦੇ ਲਈਏ। ਫਿਰਦਾ ਜਿੱਥੇ ਮਰਜ਼ੀ ਹੈ, ਲੱਭਣਾ ਕੁਛ ਕੀ ਮਿਲ ਜੂ ਉੱਪਰਲੀਆਂ ਤਹਾਂ ਤੋਂ ਹੀ। ਜੇ ਉੱਪਰ ਉੱਪਰ ਤੈਰਨ ਦੀ ਬਜਾਏ ਕਿਤੇ ਡੂੰਘਾ ਉਤਰਦਾ ਇੱਕੇ ਥਾਂ, ਫਿਰ ਪਹਿਲਾਂ ਤਾਂ ਨਾ ਪੰਥਪ੍ਰੀਤ ਸਿੰਘ ਜੀ ਚਾਹੇ ਤਾਂ ਉਹ ਤੈਰ ਕੇ ਜਾ ਰਿਹਾ ਆ ਤੇ ਚਾਹੇ ਡੂੰਘਾ ਉਤਰ ਗਿਆ ਆ, ਉਦੋਂ ਪਹਿਲਾਂ ਉਹਨੂੰ ਡਿਸਾਈਡ ਕਰਨਾ ਪੈਣਾ ਵੀ ਉਹ ਜਾ ਕਾਹਦੇ ਵਾਸਤੇ ਰਿਹਾ ਆ, ਉਹਦਾ ਟੀਚਾ ਕੀ ਆ। ਜੇ ਤਾਂ ਉਹਨੇ ਇੱਕ ਮੁਲਕ ਚੋਂ ਦੂਜੇ ਮੁਲਕ ਚ ਜਾਣਾ ਤਾਂ ਫਿਰ ਤਾਂ ਉਹਨੂੰ ਉੱਤੇ ਉੱਤੇ ਹੀ ਜਾਣਾ ਪੈਣਾ ਆ, ਤੇ ਜੇ ਉਹਨੇ ਸਮੁੰਦਰ ਦੇ ਵਿੱਚੋਂ ਕਿਸੇ ਚੀਜ਼ ਨੂੰ ਇੱਦਾਂ ਖੋਜਣ ਜਾਣਾ ਨਵੀਂ ਚੀਜ਼ ਨੂੰ, ਫਿਰ ਉਹਨੂੰ ਡੂੰਘਾਈ ਦੇ ਵਿੱਚ, ਫਿਰ ਉਹਦੇ ਵਿੱਚ ਵੀ ਇੱਦਾਂ ਨਹੀਂ ਹੋਣਾ ਵੀ ਇੱਕੋ ਥਾਂ ਤੇ ਸਿੱਧਾ ਸਟ੍ਰੇਟ ਹੀ ਥੱਲੇ ਨੂੰ ਜਾਊਗਾ, ਉਹਨੂੰ ਆਸੇ ਪਾਸੇ ਸਾਰੇ ਪਾਸੇ ਹੌਲੀ ਹੌਲੀ ਸਾਰਾ ਕੁਝ ਦੇਖ ਕੇ ਜਾਣਾ ਪੈਣਾ ਆ। ਉਹਦੇ ਵਾਸਤੇ ਪਹਿਲਾਂ ਤਾਂ ਡਿਸਾਈਡ ਇਹ ਕਰਨਾ ਪੈਣਾ ਵੀ ਉਸ ਬੰਦੇ ਨੇ ਆਪਣਾ ਟੀਚਾ ਕੀ ਲੈ ਕੇ ਚੱਲਿਆ, ਮੁਲਕ ਤੋਂ ਪਾਰ ਜਾਣਾ ਆ, ਕੋਈ ਸਮਾਨ ਦੂਜੇ ਮੁਲਕ ਦੇ ਵਿੱਚ ਲੈ ਕੇ ਜਾਣਾ ਆ, ਕੱਲੀ ਸਵੀਮਿੰਗ ਕਰਨ ਚੱਲਿਆ ਆ, ਫਿਸ਼ਿੰਗ ਕਰਨ ਚੱਲਿਆ ਆ, ਸਮੁੰਦਰ ਦੇ ਵਿੱਚੋਂ ਕੋਈ ਨਵਾਂ ਜੀਵ ਜੰਤੂ, ਕੋਈ ਵਿਗਿਆਨੀ ਕਿਹਾ, ਕੋਈ ਸਾਇੰਟਿਸਟ ਕਿਹਾ, ਕੁਛ ਨਵੀਂ ਚੀਜ਼ ਲੱਭਣ ਚੱਲਿਆ ਆ, ਤਾਂ ਡਿਸਾਈਡ ਹੋਣੀ ਹੈ ਗੱਲ ਵੀ ਬੰਦੇ ਨੇ ਥੱਲੇ ਨੂੰ ਜਾਣਾ ਕਿ ਬਰਾਬਰ ਤੈਰਦੇ ਨੂੰ ਜਾਣਾ ਕਿ ਪਾਰ ਲੰਘਣਾ ਉਹਦੇ ਵਿੱਚ, ਉਸ ਹਿਸਾਬ ਨਾਲ ਸਟ੍ਰੈਟਜੀ ਬਣਾਊ, ਉਸ ਹਿਸਾਬ ਨਾਲ ਆਪਣਾ ਸਟ੍ਰੈਟਜੀ ਬਣਾਊਗਾ। ਇਹ ਨਹੀਂ ਹੈਗਾ ਵੀ ਉਹਨੇ ਬੰਦੇ ਨੇ ਆਖਣਾ ਵੀ ਲੈ ਤੂੰ ਉੱਤੇ ਉੱਤੇ ਤੇਰਿਆ ਫਿਰਦਾ, ਅਗਲੇ ਨੇ ਜਦੋਂ ਜਾਣਾ ਹੀ ਦੂਜੇ ਮੁਲਕ ਦੇ ਵਿੱਚ ਹੋਵੇ, ਸਮਾਨ ਲੈ ਕੇ ਕੰਟੇਨਰ ਭਰਿਆ ਇੰਡੀਆ ਤੋਂ ਜਾਂ ਉਹਨੇ ਨਿਊਜ਼ੀਲੈਂਡ ਕੰਟੇਨਰ ਪਹੁੰਚਾਉਣਾ ਆ, ਉਹਨੂੰ ਤੁਸੀਂ ਕਿੱਦਾਂ ਕਹਿ ਦੋਗੇ ਭਾਈ ਤੂੰ ਕੀ ਉੱਤੇ ਉੱਤੇ ਤੇਰਿਆ ਜਾਣਾ, ਕਿੱਥੇ ਕੀ ਪ੍ਰਾਪਤ ਕਰ ਲੇਗਾ? ਉਹਦੀ ਪ੍ਰਾਪਤੀ ਪਾਰ ਲੰਘਣ ਨਾਲ ਹੀ ਹੋਣੀ ਆ, ਉੱਤੇ ਉੱਤੇ ਜਾ ਕੇ ਹੀ ਹੋਣੀ ਆ। ਉਹਨੂੰ ਜੇ ਇਹ ਪੰਥਪ੍ਰੀ ਤਰਗੇ ਨੇ ਸਲਾਹ ਦਿੱਤੀ ਨਾ ਵੀ ਇੱਥੇ ਥੱਲੇ ਡੂੰਘਾ ਕਰ ਲਿਆ ਆ, ਕੰਟੇਨਰ ਪਲਟਾਲਾ, ਇੱਥੇ ਸ਼ਾਇਦ ਕੁਛ ਤੈਨੂੰ ਮਿਲ ਜੂਗਾ, ਉਹਦੇ ਨਾਲ ਨੀ ਮਿਲਣ ਲੱਗਾ, ਪਹਿਲਾਂ ਤਾਂ ਟੀਚਾ ਡਿਸਾਈਡ ਹੋਵੇ ਬੰਦੇ ਨੇ ਕਰਨ ਕਾਲ ਕੀ ਜਾ ਰਿਹਾ ਉਸ ਨੂੰ। ਸਾਰੇ ਸਮਝ ਗਏ, ਸਾਰੇ ਸਮਝ ਗਏ, ਰਹੋ ਸਮਝਣ ਦੀ ਕੋਸ਼ਿਸ਼ ਕਰੋ। ਖੇਤੀ ਵਾਲੇ ਵੀ ਬੈਠੇ ਹੋ, ਇੱਕ ਥਾਂ ਤੋਂ ਪੱਟੀ ਜਾਈਏ,
ਖੇਤੀ ਵਾਲੇ ਸੁਣ ਲਿਓ, ਪਾਣੀ ਮਿਲ ਜੂ 10 ਫੁੱਟ ਵੱਟ ਕੇ ਜੇ ਕਿਹਾ ਲੈ ਹੁਣ ਗਾਹਾਂ ਹੋ ਜਾ, ਹੁਣ ਇੱਥੇ ਖੜਾ ਹੈ ਗਾਹਾਂ ਵੱਟ ਲਾ, ਚਲੋ ਗਾਹਾਂ ਵੱਟ ਲੈਣੇ ਉੱਥੇ ਵੱਟ ਲਿਆ 15 ਫੁੱਟ, 10 ਪਹਿਲਾਂ ਵੱਟਿਆ ਸੀ ਨਾ ਉਹ ਤਾਂ 25 ਗਾ ਟੋਟਲ, ਤਾਂ ਫਿਰ ਕੋਈ ਆ ਗਿਆ ਇੱਥੇ ਹੀ ਪੱਟੀ ਜਾਂਦਾ ਹੁਣ ਗਾਹਾਂ ਹੋ ਜਾ, ਇੱਥੇ ਹੀ ਲੱਗਿਆ ਪਿਆ ਰੋਜ਼ ਹੀ, ਚੱਲ ਗਾਹਾਂ ਹੋ ਜਾਣੇ ਭਾਈ ਗਾਹਾਂ ਹੋ ਗਈ ਉੱਥੇ ਵੱਟ ਲਿਆ 15 ਫੁੱਟ 20 ਫੁੱਟ ਰਹਿ ਲਓ, ਫਿਰ ਕੋਈ ਹੋਰ ਕਮਲਾ ਆ ਗਿਆ ਉਹਦੇ ਕਹੇ ਫਿਰ ਗਾ ਸਾਰਾ ਖੇਤ ਖਰਾਬ ਕਰੀ ਬੈਠਾ ਪਾਣੀ ਨਹੀਂ ਮਿਲਿਆ। ਉਹ ਯਾਰ ਬਾਬਾ ਤੂੰ ਮਾੜੀ ਮੋਟੀ ਤਾਂ ਸਿਆਣੀ ਗੱਲ ਕਰ ਲਾ, ਉਹੀ ਤਾਂ ਗੱਲ ਇੱਥੇ ਆ ਵੀ ਹੁਣ ਕੋਈ ਵੀ ਇੱਕ ਨਾ ਜਿਹੜੇ ਵੀ ਸਰੋਤੇ ਫੋਨ ਕਰ ਰਿਹਾ ਉਹੀ ਬੰਦਾ ਫੋਨ ਕਰਕੇ ਦੱਸਿਓ ਵੀ ਅੱਜ ਤੱਕ ਕੋਈ ਇੰਨਾ ਕਮਲਾ ਬੰਦਾ ਦੇਖਿਆ ਵੀ ਜਿਹਨੇ ਕੱਢਣਾ ਧਰਤੀ ਚੋਂ ਪਾਣੀ ਹੋਵੇ ਤੇ 10-10 ਫੁੱਟ ਦੇ ਤਾਂ ਟੋਹੇ ਪੱਟੀ ਜਾਂਦਾ ਹੋਵੇ, ਅੱਜ ਤੱਕ ਦੇਖਿਆ ਕਿਸੇ ਨੇ ਇੱਦਾਂ ਦਾ ਬੰਦਾ? ਹੁਣ ਜਿਹੜੇ ਬੰਦੇ ਨੇ ਮੰਨ ਲਓ ਬੂਟੇ ਲਾਉਣੇ ਆ ਉਹ ਤਾਂ ਇੱਦਾਂ ਹੀ ਹੋਊਗਾ ਨਾ, ਗਾਹਾਂ ਟੋਹਾ ਪੱਟ ਕੇ ਦੂਜਾ ਟੋਹਾ ਪੱਟੂ, ਦੂਜਾ ਪੱਟ ਕੇ ਤੀਜਾ ਪੱਟੂਗਾ, ਉਹ ਜਿਹਨੇ ਪਾਣੀ ਕੱਢਣਾ ਆ ਇੰਨਾ ਬੇਵਕੂਫ ਕਿਹੜਾ ਬੰਦਾ ਆ ਵੀ ਜਿਹੜਾ ਬੋਰ ਲਾਉਣ ਲੱਗਾ ਇੱਦਾਂ 10-10 ਫੁੱਟ ਤੇ ਇੱਦਾਂ ਟੋਹੇ ਪੱਟੀ ਜਾਊਗਾ? ਉੱਥੇ ਵੀ ਪੰਥਪ੍ਰੀਤ ਸਿੰਘ ਜੀ ਇਹੀ ਗੱਲ ਹੋਣੀ ਹੈ ਵੀ ਤੁਹਾਡਾ ਟੀਚਾ ਕੀ ਹੈ, ਜੇ ਧਰਤੀ ਚੋਂ ਪਾਣੀ ਕੱਢਣ ਦਾ ਟੀਚਾ ਹੈ ਨਾ ਤਾਂ ਇੱਕੋ ਥਾਂ ਦੇ ਉੱਤੇ ਹੀ ਗ੍ਰਿਲ ਮਾਰੀ ਜਾਣੀ ਆ, ਉਹ ਡੂੰਘੇ ਜਾਣਾ ਪੈਣਾ, ਉਸੇ ਥਾਂ ਤੇ ਡੂੰਘੇ ਜਾਣਾ ਪੈਣਾ ਆ। ਉਦਾਂ ਨਾਲੇ ਨੋਰਮਲੀ ਪਤਾ ਲੱਗ ਹੀ ਜਾਂਦਾ ਨਾ ਕਿਸੇ ਇੱਕ ਬੰਦੇ, ਹੁਣ ਸਾਡੇ ਏਰੀਏ ਮੰਨ ਲਓ ਜਿੱਧਰ ਸਾਡੇ ਖੇਤ ਆ ਸਾਡੇ ਉੱਪਰਲਾ ਪਾਣੀ ਬਿਲਕੁਲ ਖਾਰਾ ਆ, ਯਾਨੀ ਕਿ ਜਿੱਦਾਂ ਨੂਣ ਘੋਲਿਆ ਹੋਵੇ ਗਲਾਸ ਦੇ ਵਿੱਚ ਇੱਦਾਂ ਦਾ ਪਾਣੀ ਆ, ਪਰ 100 ਫੁੱਟ ਤੋਂ ਥੱਲੇ ਜਾ ਕੇ ਪਾਣੀ ਮਿੱਠੇ ਆ। ਓਕੇ, ਹੁਣ ਉੱਥੇ ਬੰਦਾ ਆਖੇ ਨਹੀਂ ਨਹੀਂ ਤੁਸੀਂ 100 ਇੱਦਾਂ ਗਾਂ ਆਸੇ ਪਾਸੇ ਪੱਟ ਕੇ ਦੇਖ ਲਓ ਉਹਦੇ ਨਾਲ ਨਹੀਂ ਹੋਣਾ, ਜਦੋਂ ਹੁਣ ਜਿਹੜੇ ਇੱਕ ਬੰਦੇ ਨੇ ਕਰਕੇ ਦੇਖਿਆ ਉਹਨੂੰ ਪਤਾ ਲੱਗ ਗਿਆ ਵੀ ਫਲਾਨੇ ਥਾਂ ਤੋਂ ਪਾਣੀ ਠੀਕ ਨਿਕਲਿਆ, ਸਾਰੇ ਏਰੀਏ 'ਚ ਉਸ ਬੋਰ ਉਦਾਂ ਦੇ ਲੱਗਣ ਲੱਗ ਗਏ, ਉਹਦੇ ਵਾਸਤੇ ਤਾਂ ਗੱਲ ਦਾ ਟੀਚਾ ਦੇਖਿਆ ਜਾਣਾ ਯਾਰ, ਏਡਾ ਕਮਲਾ ਕਿਹੜਾ ਬੰਦਾ ਆ ਵੀ ਜਿਹੜੇ ਇੱਦਾਂ ਟੋਹੇ ਪੱਟ ਕੇ ਆਪਣਾ ਖੇਤ ਖਰਾਬ ਕਰੂਗਾ, ਜਿਹੜੇ ਨੇ ਬੂਟੇ ਲਾਉਣੇ ਆ। ਪਰ ਹੁਣ ਇੱਦਾਂ ਪੰਥਪ੍ਰੀ ਤਰਗਾ ਬੰਦਾ ਆਖੇ ਵੀ ਯਾਰ ਤੂੰ ਇੱਦਾਂ ਹੀ ਬਾਹਣ ਬਾਹੀ ਜਾਂਦਾ ਆ ਪਾਣੀ ਤਾਂ ਨਿਕਲਣਾ ਜਿਹਦੇ ਨਾਲ, ਉਹ ਭਰਾਵਾ ਬਾਹਣ ਪਾਣੀ ਉਹਦੇ ਵਾਸਤੇ ਥੋੜੀ ਬਾਹਰਿਆ, ਉਹ ਵੀ ਉਹਨੇ ਪਾਣੀ ਕੱਢਣਾ ਆ, ਬਾਹਣ ਬਾਹਰਿਆ ਉਹਨੇ ਤਾਂ ਫਸਲ ਬੀਜਣੀ ਆ, ਉਹਦੇ ਵਾਸਤੇ ਉਹਨੇ ਬਾਹਣ ਬਾਹਰਿਆ, ਉਹਦੇ ਉੱਤੇ ਉੱਤੇ ਤੁਰਿਆ ਫਿਰਦਾ ਉਹ ਨਾ। ਜਿੱਦਾਂ ਦੀ ਸੋਚ ਆ ਉਦਾਂ ਦੀਆਂ ਉਦਾਹਰਣਾਂ ਦੇਣ ਡੇ ਆ, ਹੋਰ ਨੀ ਕੋਈ ਮਸਲਾ। ਇਹ ਤਾਂ ਹੁਣ ਉਦਾਹਰਣਾਂ ਵੀ ਹੱਸੋਹੀਣੀਆਂ ਹੀ ਆ ਨਾ, ਕੋਈ ਉਦਾਹਰਣ ਦੇ ਵਿੱਚ ਵੀ ਕੋਈ ਕੋਈ ਦਮ ਹੋਵੇ ਤਾਂ ਬੰਦਾ ਕਹਿੰਦਾ ਨਹੀਂ ਤਾਂ ਪਾਣੀ ਆਲੀਆਂ। ਸਾਡੇ ਨਾਲ ਇੱਕ ਸਰੋਤੇ ਹੋ ਗਿਆ ਜੀ ਪਹਿਲਾਂ, ਫੇਰ ਸੁਣਦੇ ਆਪਾਂ ਅੱਗੇ ਵੀਡੀਓ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰ ਖਾਲਸਾ ਵੀਰ ਫਤਿਹ ਜੀ। ਇਹ ਤਾਂ ਜੀ ਉਹ ਮੈਂ ਤਾਂ ਮਾੜੀ ਜੀ ਗੱਲ ਕਰਨੀ ਆ ਵੀ ਉਹ ਇਹ ਬਾਣੀਆਂ ਦਾ ਮੁੰਡਾ ਜੀ, ਫਿਰ ਇਹਨੂੰ ਕੀ ਪਤਾ ਵੀ ਐ ਇੱਕੋ ਸਮੇਂ ਟੋਆ ਫੱਟ ਕੇ ਪਾਣੀ ਜ਼ਰੂਰ ਆ ਕਿ ਜਿਵੇਂ ਉਹ ਕਿਸੇ ਖੇਤੀਬਾੜੀ ਅਫਸਰ ਸੀਗਾ ਕੋਈ ਬਾਣੀਆਂ ਦਾ ਲੱਗਿਆ ਹੋਇਆ ਕੋਈ ਲੇਡੀ ਸੀਗੀ ਜੀ, ਉਹ ਕਹਿੰਦੇ ਵੀ ਹਰੀਆਂ ਮਿਰਚਾਂ ਦਾ ਰੇਟ ਵੱਧ ਹੁੰਦਾ ਕਿ ਲਾਲ ਦਾ, ਉਹ ਕਹਿੰਦੇ ਵੀ ਲਾਲ ਦਾ ਵੱਧ ਹੁੰਦਾ ਕਿ ਫਿਰ ਤੁਸੀਂ ਹਰੀਆਂ ਕਿਉਂ ਬੀਜਦੇ ਹੋ, ਲਾਲ ਹੀ ਬੀਜਿਆ ਇਹਨੂੰ। ਹੁਣ ਜਦੋਂ ਪਤਾ ਹੀ ਨਹੀਂ ਹੈਗਾ ਵੀ ਮਤਲਬ ਕਿ ਪਾਣੀ ਵੀ ਉਹ ਇਹਨੂੰ ਤਾਂ ਪਤਾ ਲੱਗ ਗਿਆ, ਹੁਣ ਇਹਨੇ ਆਪਦੇ ਹਿਸਾਬ ਨਾਲ ਉਦਾਹਰਣ ਦਿੱਤੀ ਆ ਵੀ ਬਾਣੀਆਂ ਨੂੰ ਕੀ ਪਤਾ ਹੁੰਦਾ ਜੀ ਵੀ ਪਾਣੀ ਵੀ, ਵੈਸੇ ਤਾਂ ਬਹੁਤ ਬਾਣੀਆਂ ਨੂੰ ਵੀ ਪਤਾ ਹੁੰਦਾ ਪਰ ਉਹਨੇ ਆਪਦੇ ਹਿਸਾਬ ਨਾਲ। ਯਾਰ ਜੇ ਬਾਣੀਆਂ ਵੀ ਹੁਣ ਬਾਣੀਆਂ ਬੰਦਾ ਕੀ ਦੁਕਾਨ ਦੇ ਇੱਕੋ ਜਗ੍ਹਾ ਤੇ ਬੈਠ ਕੇ ਸਾਰਾ ਕੁਝ ਕੱਢੀ ਜਾਂਦਾ ਆ, ਉਹ ਵੀ ਹੱਥ ਪੈਰ ਗਾਹਾਂ ਦੀ ਗਾਹਾਂ ਮਾਰਦਾ ਹੀ ਆ, ਆਪਣੇ ਆਪ ਨੂੰ ਅਪਡੇਟ ਕਰਦਾ ਹੀ ਆ ਵੀ ਅੱਜ ਸਮਾਜ ਦੇ ਵਿੱਚ ਆਹ ਚੀਜ਼ਾਂ ਨਹੀਂ ਚੱਲਣੀਆਂ ਜਿਹੜੀਆਂ ਮੈਂ ਵੇਚੀ ਜਾਂਦਾ ਆ, ਹੋਰ ਲਿਆ ਕੇ ਰੱਖਣੀਆਂ ਪੈਣੀਆਂ ਆ। ਇੱਕੋ ਅੱਗ ਆਖੇ ਯਾਰ ਵੀ ਤੂੰ ਇੱਕੋ ਜਿਹੜੀ ਦੁਕਾਨ ਪਾਲੀ ਬਸ ਇਹੀ ਪਾ ਕੇ ਬੈਠਾ ਰਿਹਾ ਸਾਰੀ ਉਮਰ, ਇਹੀ ਸਮਾਨ ਰੱਖੀ ਚੱਲ। ਇਹਨੇ ਉਦਾਹਰਨ ਕਿਸਾਨਾਂ ਵਾਲੀ ਦਿੱਤੀ ਆ ਨਾ ਜੀ, ਫਿਰ ਕਿਸਾਨਾਂ ਬਾਰੇ ਹੁਣ ਬਹੁਤਾ ਮਤਲਬ ਕਿ ਹੁਣ ਕੱਪੜੇ ਲੀੜੇ ਵੇਚਣ ਵਾਲੇ ਨੂੰ ਕੀ ਪਤਾ ਵੀ ਕਿਸਾਨਾਂ ਦਾ ਕਿਵੇਂ ਬੋਰ ਲੱਗਦੇ ਆ ਵੀ ਕਿਵੇਂ ਪਾਣੀ ਕੱਢਦੇ ਆ ਉਹ ਕਿਵੇਂ ਬੂਟੇ ਲਾਉਂਦੇ ਆ, ਇਹਨਾਂ ਨੂੰ ਇਹਨਾਂ ਦੇ ਵੱਸ ਦੀ ਗੱਲ ਹੀ ਨੀ ਹੈਗੀ।
ਨਹੀਂ ਨਹੀਂ ਮਸਲਾ ਤਾਂ ਕਹਿਣਾ ਤਾਂ ਇਹ ਚਾਹੁੰਦੇ ਆ ਵੀ ਜੋ ਅਸੀਂ ਕਹਿੰਦੇ ਆ ਵੀ ਉਹ ਸਹੀ ਆ ਤੇ ਇਹ ਗਾਂਹ ਦੀ ਗੱਲ ਕਿਉਂ ਕਰ ਰਹੇ ਆ ਮਸਲਾ ਤਾਂ ਜੇ ਦੋ ਗੱਲ ਨਿਬੇੜਨੀ ਹੋਵੇ ਗੱਲ ਤਾਂ ਇੰਨੀ ਕਹੀ ਆ ਬਾਕੀ ਦੇਖਦੇ ਆ ਭਾਜੀ ਵੀਰੇ ਨਾ ਲੈ ਕੇ ਕਹਿ ਦੇਣ ਭਾਜੀ ਦਾ ਵੀ ਹਾਂ ਉਹ ਐਂ ਕਹਿੰਦੇ ਵੀ ਉਹ ਗਲਤ ਨੇ ਫਿਰ ਨਾ ਲੈ ਕੇ ਫਿਰ ਕਹਿਣ ਦੇ ਵਿਚ ਕੀ ਇਹਨਾਂ ਨੂੰ ਹਰਜਾ ਜਦੋਂ ਪ੍ਰਚਾਰ ਜਦੋਂ ਇਹਨਾਂ ਨੇ ਸਿਵਿਆਂ ਤੋਂ ਆਰੰਭ ਕੀਤਾ ਜੀ ਪ੍ਰਚਾਰ ਫਿਰ ਨਾ ਲੈਣ ਤੋਂ ਕਹਿੰਦਾ ਵੀਰੇ ਜੇ ਇਹਨਾਂ ਨੂੰ ਥੋੜੀ ਜੇ ਵੀ ਮਤਲਬ ਸ਼ਰਮ ਹੋਵੇ ਨਾ ਇਸ ਗੱਲ ਦੀ ਜੇ ਇਹ ਆਪਣੇ ਆਪ ਨੂੰ ਟਕਸਾਲੀਆਂ ਦੇ ਨਾਲ ਕੰਪੇਅਰ ਕਰਕੇ ਫਿਰ ਕਿਉਂ ਨੀ ਦੇਖਦੇ ਉਹ ਵੀ ਉਹਨਾਂ ਲਈ ਵੀ ਤਾਂ ਰੱਬ ਉਨਾ ਹੀ ਪਿਆਰਾ ਆ ਉਹਨਾਂ ਦੀਆਂ ਮਨੌਤਾਂ ਵੀ ਤਾਂ ਉਨੀਆਂ ਪਿਆਰੀਆਂ ਆ ਉਹਨਾਂ ਨੂੰ ਉਹ ਵੀ ਤਾਂ ਜਾਨ ਦੇ ਦਿੰਦੇ ਆਪਣੀਆਂ ਮਨੌਤਾਂ ਦੇ ਲਈ ਫਿਰ ਆਹੀ ਵਿਚਲੀ ਗੱਲ ਤਾਂ ਆਪਾਂ ਇਹੀ ਸਮਝਣੀ ਆ ਨਾ ਵੀ ਜਿਹੜੀਆਂ ਮਨੌਤਾਂ ਕੋਈ ਬਣਾ ਕੇ ਬੈਠਾ ਜ਼ਰੂਰੀ ਨੀ ਵੀ ਉਹ ਆਖਰੀ ਸੱਚ ਆ ਭਾਵੇਂ ਉਹ ਪੰਥਪ੍ਰੀਤ ਆ ਭਾਵੇਂ ਉਹ ਹਰਨੇਕ ਸਿੰਘ ਆ ਕੋਈ ਵੀ ਆ ਉਹਦੇ ਤੇ ਗੱਲ ਹੋ ਸਕਦੀ ਆ ਮਤਲਬ ਉਹ ਖੁੱਲੀ ਆ ਗੱਲ ਹੋਣੀ ਚਾਹੀਦੀ ਆ ਉਹਦੇ ਬਾਰੇ ਨਹੀਂ ਹੁਣ ਤਾਂ ਜੀ ਇਹਨਾਂ ਦੇ ਮਤਲਬ ਕਿ ਪ੍ਰਚਾਰ ਚੋਂ ਇਹ ਬੂ ਆ ਰਹੀ ਆ ਵੀ ਹਾਂ ਇਹਨਾਂ ਦਾ ਮਤਲਬ ਜਿਹੜਾ ਪ੍ਰਚਾਰ ਦਾ ਮੁੱਢ ਹੈ ਜਿਹੜਾ ਪ੍ਰਚਾਰ ਦਾ ਇਹਨਾਂ ਦਾ ਧੁਰਾ ਮੇਨ ਮਤਲਬ ਕਿ ਬਣਾ ਰੱਖਿਆ ਵੀ ਉਹ ਇਹੀ ਬਣਾ ਰੱਖਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਸ ਵਿਰੋਧ ਕਰਨਾ ਰੇਡੀਓ ਦਾ ਕਿਵੇਂ ਵੀ ਹੋਵੇ ਉਹ ਕਿਸੇ ਵੀ ਗੱਲ ਦਾ ਹਾਂ ਇੱਦਾਂ ਹੀ ਆ ਨਹੀਂ ਨਹੀਂ ਇਹ ਬੜਾ ਖਤਰਨਾਕ ਆ ਜਿਹੜਾ ਇਹ ਸਿਸਟਮ ਆ ਨਾ ਵਿਰੋਧ ਦਾ ਇਸੇ ਹੀ ਉਹ ਬਦਮਾਸ਼ੀ ਦੇ ਰੂਪ ਦੇ ਵਿਚ ਕਰਦੇ ਸੀਗੇ ਜਿਹੜੇ ਟਕਸਾਲੀ ਸੀਗੇ ਤੇ ਆ ਇਹਨਾਂ ਨੇ ਵੀ ਹੌਲੀ ਹੌਲੀ ਉੱਥੇ ਹੀ ਜਾਣਾ ਆ ਮੰਨ ਲਓ ਗਾਲਾਂ ਗੂਲਾਂ ਤਾਂ ਕੱਢਦੇ ਹੀ ਆ ਖੈਰ ਫੇਸਬੁੱਕ ਤੇ ਹੌਲੀ ਹੌਲੀ ਇਹਨਾਂ ਨੇ ਵੀ ਉੱਥੇ ਹੀ ਆ ਜਾਣਾ ਆ ਉਧਰ ਵੱਲ ਨੂੰ ਜਾ ਰਿਹਾ ਬਿਲਕੁਲ ਜੀ ਬਿਲਕੁਲ ਹੈ ਕੁਛ ਅੱਗੇ ਆਹੋ ਸੁਣ ਕੇ ਦੇਖ ਲੈਂਦੇ ਉਹਦੇ ਵਿਚ ਕਿਉਂਕਿ ਮੇਰੇ ਫੋਨ ਦੇ ਉੱਤੇ ਫੋਨ ਆਇਆ ਭਾਜੀ ਦਾ ਇਹਨਾਂ ਦਾ ਤੇ ਆਪਾਂ ਦੁਬਾਰੇ ਸੁਣ ਲੈਣ ਨੂੰ ਦੱਸ ਦਿਓ ਵੀ ਹੈਗਾ ਜਵਾਬ ਸਿਆਣਿਆਂ ਨੂੰ ਇਸ਼ਾਰੇ ਹੁੰਦੇ ਨੇ ਪਾਗਲ ਨੂੰ ਤਾਂ ਪੁੱਛ ਸਮਝਣ ਨੀ ਚਾਹੁੰਦਾ ਹੁਣ ਸਾਨੂੰ ਫੋਨ ਕਰਕੇ ਦੱਸ ਦਿਓ ਵੀ ਇਹ ਕਿਹੜੇ ਸਿਆਣੇ ਵਾਸਤੇ ਐਗਜ਼ਾਮਪਲ ਹੈਗੀ ਹੈ ਇਹ ਵੀ ਕਿਸੇ ਨੇ ਖੇਤ ਦੇ ਵਿੱਚੋਂ ਪਾਣੀ ਕੱਢਣਾ ਆ ਤੇ ਉਹਨੂੰ ਕਿਸੇ ਕੋਈ ਬੰਦਾ ਇਹ ਸਲਾਹ ਕੇ ਦਊਗਾ ਵੀ ਭਾਈ ਤੂੰ ਇੱਥੋਂ ਨਾ ਕੱਢ ਇੱਥੋਂ ਕੱਢ ਲਾ ਇੱਥੋਂ ਨਾ ਕੱਢ ਇੱਥੋਂ ਕੱਢ ਲਾ ਪਾਣੀ ਜਿੱਥੇ ਬੰਦੇ ਨੇ ਬਰਮਾ ਲਾ ਰੱਖਿਆ ਹੋਵੇ ਬੋਰ ਵਾਲਾ ਟੋਹਾ ਪੱਟੀ ਬੈਠਾ ਹੋਵੇ ਮਸ਼ੀਨ ਗੱਡੀ ਰੱਖੀ ਹੋਵੇ ਉੱਥੇ ਆ ਕੇ ਉਹਨੂੰ ਕੋਈ ਸਲਾਹ ਦਊਗਾ ਵੀ ਇੱਥੇ ਨੀ ਭਰਾਵਾ ਤੂੰ ਉਹਨੂੰ ਸਲਾਹ ਦਾ ਭਰਾਵਾ ਜਾਂ ਠੀਕ ਹੈ ਕੋਈ ਜੋਤਿਸ਼ ਵਰਗਾ ਆ ਕੇ ਸਲਾਹ ਦੇ ਸਕਦਾ ਵੀ ਤੇਰਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਇੱਥੇ ਬੋਰ ਠੀਕ ਨੀ ਲੱਗਣਾ ਪਰ ਕੋਈ ਓਦਾਂ ਥੋੜੀ ਆ ਕੇ ਸਲਾਹ ਦਊਗਾ ਭਾਈ ਤੂੰ ਇੱਥੇ ਬੋਰ ਨਾ ਲਾ ਬਿਲਕੁਲ ਇੱਥੇ ਆ ਕੇ 10 ਫੁੱਟ ਲਾ ਲਾ ਫਿਰ ਉਹ ਫਿਰ ਇਹੋ ਜਿਹਾ ਕਿਹੜਾ ਕਮਲਾ ਹੈ ਵੀ ਜਿਹੜਾ ਇੱਦਾਂ ਕਿਸੇ ਦੇ ਕਿਸੇ ਤੇ ਇੱਦਾਂ ਵਾਰੀ ਵਾਰੀ ਟੋਹੇ ਵੀ ਪੱਟੀ ਜਾਊਗਾ ਜਾ ਕੇ ਗਾਂ ਦੀ ਗਾਂ ਸਿਆਣਿਆਂ ਨੂੰ ਤਾਂ ਇਸ਼ਾਰੇ ਬਹੁਤ ਹੁੰਦੇ ਆ ਇਹੋ ਜਿਹਾ ਤੂੰ ਸਿਆਣਾ ਪੂਰੀ ਗੱਲ ਤਾਂ ਮੈਨੂੰ ਮਾਫ ਕਰ ਦੇਣਾ ਨਹੀਂ ਕਿਸੇ ਦੀ ਨਹੀਂ ਗਈ ਬਾਬਿਆ ਠੀਕ ਇੱਕ ਮਿੰਟ ਨਾ ਇਹ ਵਨ ਵੇ ਟੋਕ ਆ ਹੁਣ ਜਿਹੜੇ ਸਾਹਮਣੇ ਬੈਠਿਆਂ ਨੂੰ ਕਹੀ ਜਾਣਾ ਵੀ ਕਿਸੇ ਦੇ ਨਹੀਂ ਸਮਝ ਆਈ ਤਾਂ ਮੈਂ ਕੀ ਕਰਾਂ ਵੀ ਜੇ ਸਮਝ ਸਿਆਣਿਆਂ ਨੂੰ ਇਸ਼ਾਰੇ ਕਾਫੀ ਹੋਣੇ ਆ ਸਾਰਿਆਂ ਨੇ ਵਾਹਿਗੁਰੂ ਕਰਕੇ ਉੱਠ ਕੱਢਣਾ ਕਿਸੇ ਤੋਂ ਪੁੱਛ ਕੇ ਤਾਂ ਦੇਖ ਲਓ ਇੱਦਾਂ ਫੇਸ ਟੂ ਫੇਸ ਟੋਕ ਕਰਾਉਣਾ ਉਹਨਾਂ ਦੇ ਨਾਲ ਵੀ ਮੈਂ ਜਿਹੜੀ ਆਹ ਗੱਲ ਕਰੀਏ ਤੇਰੇ ਸਮਝ ਦੇ ਵਿੱਚ ਆ ਗਈ ਹੈ ਕਿ ਨਹੀਂ ਆ ਗਈ ਆਹ ਜਿਹੜਾ ਬੰਦੇ ਨੂੰ ਹੋਵੇ ਪੰਥਪ੍ਰੀਤ ਦੇ ਨੂੰ ਵੀ ਜਿਹੜੀ ਆਹ ਗੱਲ ਕੀਤੀ ਹੈ ਬਾਹਲੀ ਢੁਕਵੀਂ ਗੱਲ ਕੀਤੀ ਹੈ ਪਹਿਲਾਂ ਆਪਾਂ ਅਖੀਰ ਤੇ ਜਿਹੜੀ ਗੱਲ ਨਾਲ ਇਹਨੇ ਜੋੜਨੀ ਆਹ ਗੱਲ ਉੱਥੋਂ ਤੱਕ ਚੱਲ ਪਈ ਆਪਾਂ ਪਹਿਲਾਂ ਫੇਰ ਦੇਖਦੇ ਹਾਂ ਜੀ ਪਾਗਲਪਣ ਤੋਂ ਬਚਿਓ ਚਲੋ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰ ਹੈ ਇਸ ਜੇਵੜ ਖਬਰ ਨਾ ਕੋਈ ਅੱਛਾ ਹੁਣ ਗੁਰਬਾਣੀ ਗਿਆਨ ਤੋਂ ਅੱਗੇ ਕੁਛ ਹੈ ਹੈਗਾ ਜੇ ਹੈਗਾ ਅੱਗੇ ਕੁਛ ਤਾਂ ਕਰ ਦਿਓ ਹੱਥ ਖੜਾ ਕੇ ਸੁਣਾਓ ਆਹ ਕਰਤਾ ਹੱਥ ਖੜਾ ਹੁਣੀ ਦੱਸ ਦਿਆਂ ਅੱਗੇ ਮੈਂ ਇਸ ਤੋਂ ਪਿੱਛੇ ਹਟਦਾ ਛੱਡਣ ਨੂੰ ਤਿਆਰ ਹੈ ਮੈਂ ਇੱਕ ਤੁਸੀਂ ਕਿੱਥੇ ਛੱਡਦੇ ਹੋ ਚਿੰਬੜੇ ਪਏ ਤੁਸੀਂ ਨਹੀਂ ਛੱਡਣਾ ਛੱਡਣ ਨੂੰ ਮੈਂ ਤਿਆਰ ਹਾਂ ਚੱਲ ਪੰਥਪ੍ਰੀਤ ਸਿੰਘ ਜਦੋਂ ਨਾ ਮੰਨ ਲਓ ਜੋਤਾਂ ਦਾ ਜਿਹੜਾ ਆਪਣੇ ਗੁਰੂ
ਗੁਰਦੁਆਰੇ ਦੇ ਵਿਚ ਜੋਤਾਂ ਚੱਲਦੀਆਂ ਸੀਗੀਆਂ, ਸਭ ਤੋਂ ਵੱਧ ਵਿਰੋਧ ਮੈਨੂੰ ਲੱਗਦਾ ਇਸ ਬੰਦੇ ਨੇ ਕੀਤਾ ਹੋਣਾ ਆ, ਵੀ ਉਸ ਟਾਈਮ ਚਾਨਣ ਦਾ ਸਾਧਨ ਸੀਗਾ, ਅੱਜ ਆ ਲਾਈਟਾਂ ਹੋ ਗਈਆਂ ਤਾਂ ਅਸੀਂ ਉਸ ਟਾਈਮ ਤਾਂ ਠੀਕ ਆ ਵੀ ਘਿਓ ਆਪਣੇ ਤਾਂ ਕਰਕੇ ਪਾਇਆ ਜਾਂਦਾ ਸੀ ਵੀ ਧੂੰਆਂ ਨੀ ਹੁੰਦਾ ਗਾ ਤੇ ਸੁਗੰਧੀ ਵੀ ਰਹਿੰਦੀ ਆ ਤੇ ਚਾਨਣ ਲੰਮਾ ਟਾਈਮ ਚੱਲ ਜਾਂਦਾ ਤਾਂ ਕਰਕੇ ਘਿਓ ਦੀ ਜੋਤ ਜਗਾਉਂਦੀ ਸੀ, ਸਿਰਫ ਤੇ ਸਿਰਫ ਚਾਨਣ ਦਾ ਕਾਰਨ ਸੀਗਾ, ਅੱਜ ਲਾਈਟਾਂ ਆ ਗਈਆਂ ਸਾਨੂੰ ਜੋਤ ਜਗਾਉਣ ਦੀ ਨਹੀਂ ਜ਼ਰੂਰਤ ਹੈਗੀ। ਉਦੋਂ ਟਕਸਾਲੀ ਵੀ ਇਹੀ ਰੋਲਾ ਪਾਉਂਦੇ ਸੀ ਵੀ ਤੁਸੀਂ ਗੁਰੂ ਸਾਹਿਬ ਨਾਲੋਂ ਅੱਗੇ ਹੋ ਗਏ, ਸਿਆਣੇ ਹੋ ਗਏ, ਸਿਆਣੇ ਹੋ ਗਏ ਗੁਰੂ ਸਾਹਿਬ ਦੇ ਨਾਲੋਂ, ਗੁਰੂ ਸਾਹਿਬ ਨੇ ਤਾਂ ਜੋਤਾਂ ਚਲਾਈਆਂ ਸੀ, ਤੁਸੀਂ ਅੱਜ ਬਲਬ ਲਾਉਣ ਲੱਗ ਗਏ ਨਾਲ ਉਹਦੇ, ਤੁਸੀਂ ਜੋਤਾਂ ਦਾ ਵਿਰੋਧ ਕਰਨ ਲੱਗ ਗਏ, ਕਿੱਦਾਂ ਤੁਸੀਂ ਗਾਹਾਂ ਹੋ ਗਏ ਉਹਦੇ ਨਾਲੋਂ। ਹੁਣ ਜੇ ਪੰਥਪ੍ਰੀਤ ਸਿੰਘ ਨੂੰ ਇਹ ਗੱਲ ਸਮਝ ਆ ਸਕਦੀ ਆ ਵੀ ਉਸ ਟਾਈਮ ਲਾਈਟਾਂ ਹੈ ਨੀ ਸੀਗੀਆਂ, ਲਾਈਟ ਚਾਨਣ ਕਰਨ ਦਾ ਕੱਲਮ ਕੱਲਾ ਸਾਧਨ ਸੀਗਾ ਜੋਤ ਸੀਗੀ, ਦੀਵਾ ਸੀਗਾ, ਤਾਂ ਉਦੋਂ ਦੀਵੇ ਲਾਏ ਜਾ ਸਕਦੇ ਸੀ। ਤਾਂ ਪੰਥਪ੍ਰੀਤ ਸਿੰਘ ਗੁਰਬਾਣੀ ਦੇ ਵਿਚ ਜੋ ਅੱਜ ਉਸ ਟਾਈਮ ਆਪਾਂ ਲਿਖਣ ਤੋਂ ਬਿਨਾ ਕੋਈ ਸਾਧਨ ਸੀਗਾ ਹੋਰ ਵੀ ਜਿਹਦੇ ਉੱਤੇ ਗੁਰਬਾਣੀ ਦਾ ਲਿਖ ਕੇ ਸੇਵ ਕੀਤੀ ਜਾ ਸਕਦੀ ਸੀ? ਉਸ ਟਾਈਮ ਤਾਂ ਗੁਰੂ ਬਾਣੀ ਨੂੰ ਏਦਾਂ ਕਲਮ ਤਿੱਖੀ ਕਰ ਕਰਕੇ ਸ਼ਾਹੀ ਦਵਾਦ ਬਣਾ ਕੇ ਉਹਦੇ ਨਾਲ ਲਿਖਿਆ ਜਾਂਦਾ ਸੀ ਨਾ, ਪੈਨ ਵੀ ਹੈ ਨਹੀਂ ਸੀ, ਪੈਨ ਵੀ ਹੈ ਨਹੀਂ ਸੀਗੇ, ਉਦਾਂ ਲਿਖਿਆ। ਅੱਜ ਪ੍ਰਿੰਟਿੰਗ ਪ੍ਰੈਸ ਦੇ ਵਿਚ ਕਿਉਂ ਛਾਪੇ ਜਾਂਦੇ ਗੁਰੂ ਸਾਹਿਬ, ਤੇ ਜਿਹੜੇ ਪੁਰਾਣੇ ਗ੍ਰੰਥ ਹੈਗੇ ਉਹ ਇੱਕੋ ਲਾਈਨ ਦੇ ਵਿਚ ਲਿਖੇ ਹੋਏ ਆ ਸਾਰੇ, ਏਦਾਂ ਉੱਪਰ ਪੂਰੀ ਲਾਈਨ ਲੱਗ ਕੇ ਜਿਹੜੇ ਸ਼ਬਦ ਆ ਤੁਸੀਂ ਵੱਖਰੋ ਵੱਖਰੇ ਕਾਹਤੋਂ ਕੀਤੇ ਉਹਨਾਂ ਨੂੰ, ਅੱਜ ਵੱਖਰੋ ਵੱਖਰੇ ਛਾਪ ਰਹੇ ਨੇ ਪੜ੍ਹਨ ਦੇ ਵਿਚ। ਉਹ ਤੁਸੀਂ ਗੁਰੂ ਸਾਹਿਬ ਨਾਲੋਂ ਅੱਗੇ ਹੋ ਗਏ ਕਿ ਨਹੀਂ ਹੋ ਗਏ ਉਹਨਾਂ ਗੱਲਾਂ ਦੇ ਵਿਚ? ਉਹਨਾਂ ਗੱਲਾਂ ਬਾਰੇ ਨੀ ਗੱਲ, ਮੰਨ ਲਓ ਜਿਹੜੀ ਗੱਲ ਤੁਹਾਡੇ ਸਮਝ ਦੇ ਵਿਚ ਨਹੀਂ ਆਈ ਤੇ